ਬੜੇ ਅਦਬ ਔਰ ਸਤਿਕਾਰ ਦੇ ਨਾਲ ਆਪ ਜੀ ਨੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਉੱਤੇ ਬੈਠ ਕੇ ਅੰਮ੍ਰਿਤਮਈ ਪਾਵਨ ਪਵਿੱਤਰ ਗੁਰਬਾਣੀ ਆਸਾ ਕੀ ਵਾਰ ਦਾ ਰਸ ਪਿੰਨਾ ਕੀਰਤਨ ਗੁਰੂ ਘਰ ਦੇ ਪਿਆਰੇ ਕੀਰਤਨੀਆਂ ਦੇ ਪਾਸੋਂ ਸਰਵਣ ਕੀਤਾ ਹੈ। ਆਓ ਜੀ ਕੁਝ ਸਮੇਂ ਦੇ ਲਈ ਆਪਣੀਆਂ ਸੁਰਤੀਆਂ ਨੂੰ ਆਪਣੇ ਮਨ ਨੂੰ ਇਕਾਗਰ ਕਰਕੇ ਗੁਰ ਸ਼ਬਦ ਦੇ ਨਾਲ ਜੋੜੀਏ, ਯਤਨ ਕਰੀਏ ਕਿ ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ, ਕੀ ਸੋਝੀ ਬਖਸ਼ਿਸ਼ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 1063 ਦੇ ਉੱਤੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਮਾਰੂ ਸੋਲਹਿਆਂ ਦਾ 19ਵਾਂ ਸ਼ਬਦ ਚੱਲ ਰਿਹਾ ਹੈ, ਜਿਸ ਦੇ 4 ਬੰਦ ਆਪ ਜੀ ਨੇ ਕੱਲ੍ਹ ਸਰਵਣ ਕੀਤੇ। ਆਓ ਅੱਗੇ 5ਵੇਂ ਸ਼ਬਦ ਵਿੱਚ 5ਵੇਂ ਬੰਦ ਤੋਂ ਗੁਰੂ ਅਮਰਦਾਸ ਸਾਹਿਬ ਇਸ ਸ਼ਬਦ ਵਿੱਚ ਸਾਨੂੰ ਕੀ ਉਪਦੇਸ਼ ਬਖਸ਼ ਰਹੇ। ਹਾਜ਼ਰੀਆਂ ਲਵਾਓ, ਰਸਨਾ ਨੂੰ ਪਵਿੱਤਰ ਕਰੋ, ਮਨ ਨੂੰ ਇਕਾਗਰ ਕਰੋ, ਇੱਧਰ ਉੱਧਰ ਮਨ ਨੂੰ ਜਾਣੋ, ਰੋਕੀਏ, ਗੁਰੂ ਚਰਨਾਂ 'ਚ ਹਾਜ਼ਰੀ ਲਵਾਓ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਫਿਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਗੁਰ ਤੇ ਵਿਛੜੇ ਤਿੰਨੇ ਦੁੱਖ ਪਾਇਆ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਬਚਨ ਕਰ ਰਹੇ ਹਨ, ਸਤਿਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ। ਜਿਹੜਾ ਇਨਸਾਨ ਗੁਰੂ ਤੋਂ ਵਿਛੜ ਜਾਂਦਾ ਹੈ, ਸਾਧ ਸੰਗਤ, ਜਾਂ ਇਸ ਤਰ੍ਹਾਂ ਕਹੀਏ ਜਿਹੜਾ ਗੁਰੂ ਤੋਂ ਵਿਛੜਿਆ ਹੋਇਆ, ਗੁਰੂ ਨੂੰ ਮਿਲਿਆ ਨਹੀਂ, ਤਿੰਨੀ ਦੁੱਖ ਪਾਇਆ। ਗੁਰੂ ਜੀ ਕਹਿੰਦੇ ਉਹ ਦੁੱਖ ਪਾਉਂਦਾ ਹੈ। ਕਾਹਦਾ ਦੁੱਖ ਜੀ? ਜਨਮ ਮਰਨ ਦਾ, 84 ਦਾ, ਜੰਮਣਾ ਮਰਨਾ, ਫਿਰ ਜੰਮਣਾ, ਫਿਰ ਮਰ ਜਾਣਾ, ਫਿਰ ਜੰਮਣਾ, ਫਿਰ ਮਰ ਜਾਣਾ, ਬਹੁਤੇ ਘਰਾਂ ਵਿੱਚ ਦੀ ਘੁੰਮਣਾ, ਗੁਰੂ ਜੀ ਕਹਿੰਦੇ ਨੇ ਉਹਨਾਂ ਨਾਲ ਹੁੰਦਾ ਹੈ ਜਿਹੜੇ ਗੁਰੂ ਤੋਂ ਵਿਛੜ ਜਾਂਦੇ ਹਨ। ਜਿਹੜਾ ਗੁਰੂ ਨੂੰ ਮਿਲ ਜਾਂਦਾ ਹੈ, ਗੁਰੂ ਨੂੰ ਮਿਲ ਕੇ ਫਿਰ ਜੰਮਣ ਮਰਨ ਦਾ ਜਿਹੜਾ ਇਹ ਦੁੱਖ ਹੈ ਇਹ ਕੱਟਿਆ ਜਾਂਦਾ ਹੈ। ਜਿਵੇਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਜਦੋਂ ਪਾਤਸ਼ਾਹ ਜੀ ਗਏ ਨੇ ਸਿਆਲਕੋਟ ਦੀ ਧਰਤੀ ਦੇ ਉੱਤੇ, ਗੁਰੂ ਜੀ ਦਾ ਇੱਕ ਸ਼ਰਧਾਲੂ ਬਣ ਗਿਆ ਮੂਲਾ ਖੱਤਰੀ, ਪਾਤਸ਼ਾਹ ਜੀ ਨੂੰ ਕਹਿਣ ਲੱਗਾ ਮੈਂ ਤੁਹਾਡੇ ਨਾਲ ਹੀ ਜਾਣਾ ਚਾਹੁੰਦਾ। ਕੁਝ ਦੂਰ ਤੱਕ ਨਾਲ ਵੀ ਗਿਆ, ਅੰਤ ਪਰਿਵਾਰ ਦਾ ਮੋਹ ਸੁਰਤ ਨੂੰ ਫਿਰ ਆਪਣੇ ਪਰਿਵਾਰ ਵਿੱਚ ਮੋੜ ਲਿਆਇਆ। ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਛੁੱਟੀ ਲੈ ਕੇ ਘਰ ਆ ਗਿਆ। ਘਰ ਆਇਆ ਗੁਰੂ ਨਾਨਕ ਦੇਵ ਜੀ ਫਿਰ ਕਦੇ ਉੱਧਰ ਦੀ ਲੰਘੇ, ਭਾਈ ਮਰਦਾਨਾ ਜੀ ਨੂੰ ਆਖਿਆ, ਮਰਦਾਨਿਆ ਆਪਣਾ ਸਾਥੀ ਹੈ, ਉਹਨੇ ਕੁਝ ਸਮਾਂ ਆਪਣੇ ਨਾਲ ਬਿਤਾਇਆ, ਚੱਲ ਉਹਨੂੰ ਮਿਲੀਏ। ਗੁਰੂ ਜੀ ਮਿਲਣ ਗਏ, ਬੁਲਾਇਆ ਭਾਈ ਮਰਦਾਨੇ ਨੇ, ਸੁਨੇਹਾ ਵੀ ਦਿੱਤਾ ਪਾਤਸ਼ਾਹ ਜੀ ਆਏ ਨੇ। ਲੁਕ ਗਿਆ, ਕਹਿ ਦਿੱਤਾ, ਸੁਨੇਹਾ ਭਿਜਵਾ ਦਿੱਤਾ ਘਰਵਾਲੀ ਨੂੰ ਕਿ ਕਹਿਦੇ ਵੀ ਹੈ ਨਹੀਂ ਮੂਲਾ ਇੱਥੇ। ਇੱਕ ਵਾਰੀ ਹੋਇਆ, ਦੋ ਵਾਰੀ ਹੋਇਆ, ਤੀਜੀ ਵਾਰੀ ਗੁਰੂ ਪਾਤਸ਼ਾਹ ਕਹਿੰਦੇ ਅਸੀਂ ਤਾਂ ਇਹਦੇ ਭਲੇ ਵਾਸਤੇ ਆਏ ਸੀ, ਸਾਨੂੰ ਤਾਂ ਸੀ ਵੀ ਇਹਦਾ ਅੰਤ ਸਮਾਂ ਨੇੜੇ ਆ ਰਿਹਾ, ਅਸੀਂ ਚਾਹੁੰਦੇ ਸੀ ਵੀ ਅੰਤ ਸਮੇਂ ਮਿਲ ਜਾਏ, ਅਗਰ ਸੰਗਤ ਵਿੱਚ ਰੱਬ ਦਾ ਨਾਂ ਲੈਂਦਿਆਂ ਲੈਂਦਿਆਂ ਕਿਤੇ ਅੰਤ ਸਮਾਂ ਬਤੀਤ ਹੋਵੇ। ਅਗਰ ਵਾਹਿਗੁਰੂ ਦਾ ਨਾਂ ਲਵੇ ਬੰਦਾ ਅੰਤ ਵੇਲੇ,
उस हिसाब नाल उस बंदे दा जन्म मरण कट्टिया जांदा, मोक्ष प्राप्त हो जांदा। अंत काल नारायण सिमरै ऐसी चिंता मह जी मरै, बादत त्रिलोचन ते नर मुक्ता पीतंबर वाकै हृदय वसै। पर